ਗੁਰਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਜਿਹੜੇ ਬੀ ਐਡ ਸੈਮ 1 ਅਤੇ ਸੈਮ 3 ਦਾ ਰਿਜ਼ਲਟ ਦੀ ਵੇਟ ਕਰ ਰਹੇ ਨੇ, ਉਸ ਰਿਗਾਰਡਿੰਗ ਇਨਫੋਰਮੇਸ਼ਨ ਗੁਰਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਐਗਜ਼ਾਮੀਨੇਸ਼ਨ ਬ੍ਰਾਂਚ ਵਿੱਚ ਫੋਨ ਕਰਕੇ ਇਹਨੇ ਪ੍ਰਾਪਤ ਕੀਤੀ ਹੈ ਕਿ ਉਹਨਾਂ ਦੇ ਅਨੁਸਾਰ ਕਿ 2-3 ਦਿਨ ਉਹਨਾਂ ਨੇ ਸ਼ਬਦ ਹੀ ਬੋਲਿਆ ਕਿ 2-3 ਦਿਨ ਵਿੱਚ ਆ ਜਾਏਗਾ। ਸੋ ਮੈਂ ਆਸ ਰੱਖਦਾ ਕਿ ਇਸ ਹਫ਼ਤੇ ਵਿੱਚ ਤੁਹਾਡੇ ਰਿਜ਼ਲਟ ਆਊਟ ਹੋ ਜਾਣਗੇ। ਐਂਡ ਨੋਰਮਲੀ ਇਹ ਰਿਜ਼ਲਟ ਸੈਟਰਡੇ ਨੂੰ ਆਊਟ ਹੁੰਦਾ ਜਾਂ ਸੰਡੇ ਨੂੰ ਆਊਟ ਹੁੰਦਾ। ਸੋ ਅੱਜ ਜੇ ਜਿਹੜਾ ਦਿਨ ਹੈ ਇਸਦੇ 5 ਦਿਨ ਦੇ ਵਿੱਚ ਤੁਹਾਡਾ ਰਿਜ਼ਲਟ ਆਊਟ ਹੋਣ ਦੀ ਪੂਰੀ ਸੰਭਾਵਨਾ। ਥੈਂਕ ਯੂ।